ਪਰ ਮੋਬਾਈਲ ਜੇਲਾ ਵਿੱਚ ਫੜੇ ਜਾਂਦੇ ਨੇ ਨੰਬਰ। ਨਹੀਂ ਸਰ, ਸਾਨੂੰ ਕੱਲ੍ਹ ਵੀ ਆਪਾਂ ਨੂੰ ਇੱਕ ਚਿੱਠੀ ਮਿਲੀ ਹੈ ਜਿਹੜੀ ਸਹਾਇਕ ਸੁਪਰਡੈਂਟ ਜੇਲ੍ਹ ਨੇ ਸਾਵਨ ਸਿੰਘ ਦੀ, ਉਹਨਾਂ ਵੱਲੋਂ ਮਿਲੀ ਹੈ ਚਿੱਠੀ ਵੀ। ਤਿੰਨ ਜਿਹੜੀ ਕੱਲ੍ਹ ਉਹਨਾਂ ਨੇ ਜੇਲ੍ਹ ਦੇ ਕੈਦੀ ਹੈ, ਉਹਨਾਂ ਵਿੱਚ ਇੱਕ ਹੈਗਾ ਜੀ ਗੈਂਗਸਟਰ ਕਾਲ ਰਜਨੀਸ਼ ਕੁਮਾਰ, ਇੱਕ ਹੈ ਜੀ ਦੀਪਕ ਕੁਮਾਰ ਅਤੇ ਇੱਕ ਕੁਲਵਿੰਦਰ ਸਿੰਘ। ਇਹਨਾਂ ਕੋਲੋਂ ਤਿੰਨ ਜਿਹੜੇ ਹੈ ਮੋਬਾਈਲ ਜਿਹੜੇ ਆ ਇਹਨਾਂ ਕੋਲ, ਉਸ ਸੰਬੰਧੀ ਅਸੀਂ ਮੁਕੱਦਮਾ ਜਿਹੜਾ ਹੈ ਰਜਿਸਟਰ ਕਰ ਲਿਆ। ਅਸੀਂ ਅੱਜ ਇਹਨਾਂ ਦਾ ਪ੍ਰੋਡਕਸ਼ਨ ਅਡਰੈਸ ਕਰਕੇ ਇਹਨਾਂ ਦਾ ਪੁਲਿਸ ਸਮਾਨ ਲਾਵਾਂਗੇ। ਉਸ ਤੋਂ ਬਾਅਦ ਅਸੀਂ ਪਤਾ ਕਰਾਂਗੇ ਵੀ ਇਹ ਜਿਹੜੇ ਮੋਬਾਈਲ ਹੈ ਇਹ ਜੇਲ੍ਹ ਦੇ ਅੰਦਰ ਕਿਵੇਂ ਪਹੁੰਚੇ, ਕੌਣ ਕੌਣ ਇਸ ਵਿੱਚ ਸ਼ਾਮਲ ਹੈ, ਅਸੀਂ ਉਸ ਬਾਰੇ ਵੈਰੀਫਾਈ ਕਰਾਂਗੇ। ਇਹਨਾਂ ਦੇ ਕਿਸ ਤਰ੍ਹਾਂ ਲਿੰਕ ਜੁੜੇ ਨੇ ਸਰ ਬਾਹਰ ਜਿਹੜੇ ਨੇ? ਇਹ ਸਰ ਹੁਣ ਵੈਰੀਫਾਈ ਕਰਾਂਗੇ ਅਸੀਂ, ਉਹਨਾਂ ਦੇ ਪ੍ਰੋਡਕਟ ਲੈ ਕੇ ਪੁਲਿਸ ਸਮਾਨ ਅਸੀਂ ਤੁਹਾਨੂੰ ਵੈਰੀਫਾਈ ਕਰਾਂਗੇ। Subscribe to our YouTube channel News DNN by clicking the bell icon. Don't forget to like, comment and share.